हेलो फ्रेंड्स, वेलकम टू माय चैनल जिसका नाम है सिमरन पंजाबी। चैनल में खास तौर पे पंजाबी के स्टूडेंट लिए बनाया ज्वाइंट एग्जाम ते मास्टर ग्रेड की तैयारी कर रहे हैं। इतने आके अपने एग्जाम की तैयारी कर सकते हो। डिफरेंट टाइप इनफॉरमेशन प्रोवाइड करवा रही है जो तुम्हारे एग्जाम वास्ते जरूरी है। चैनल को सब्सक्राइब जरूर कर लो, नाल दे नाल बेल आइकन जरूर दबा लो ताकि तुम्हें नोटिफिकेशन मिलती रहे। इस तो अलावा लाइक जरूर करा करो, वीडियोज़ में शेयर करा करो, कमेंट करके दसो किस तरह लगते पे ने। नाल दे नाल तुसी टेलीग्राम चैनल के उत्ते जाके फॉलो कर सकते हो। लिंक उसका डिस्क्रिप्शन बॉक्स के मिल जाएगा तुम्हें, जिहड़ी भी तुसी वीडियोस देखोगे। इस तो अलावा तुसी मैनू जिहड़े कोई भी टॉपिक हैगा है, अगर तुम्हें समझ नहीं लगती तो तुसी मैनू पूछ सकते हो मैसेज करके इत्थे भी ते टेलीग्राम चैनल के उत्ते भी। इस तो अलावा कम्यूनिटी बॉक्स में मैसेज जरूर चैक कराया करो, रोज़ द रोज़ अपडेट करती पई हाँ टॉपिक। नाल दे नाल ये जिहड़े टॉपिक है तुहाडे नोट्स बनाने वास्ते काफ़ी ज़्यादा हेल्पफुल होणगे। सो जरूर ਇਹਨਾਂ ਨੂੰ ਐਡ ਕਰਿਆ ਕਰੋ ਆਪਣੇ ਜਿਹੜੇ ਤੁਸੀਂ ਨੋਟਸ ਵਗੈਰਾ ਬਣਾਉਂਦੇ ਹੋ ਉਹਨਾਂ ਦੇ ਵਿੱਚ, ਕਿਉਂਕਿ ਅੱਜ ਨਹੀਂ ਤਾਂ ਕੱਲ੍ਹ ਤੁਹਾਨੂੰ ਕਾਫੀ ਜ਼ਿਆਦਾ ਮਦਦ ਕਰਨਗੇ। ਟੌਪਿਕ ਜਿਹੜਾ ਹੈਗਾ ਅੱਜ ਮਾਸਟਰ ਗ੍ਰੇਡ ਵਾਲਿਆਂ ਲਈ ਹੈਗਾ, ਸਵੈ ਜੀਵਨੀ ਬਾਰੇ ਪੜ੍ਹਾਂਗੇ। ਸਵੈ ਜੀਵਨੀ ਵਾਰਤਕ ਸਾਹਿਤ ਦਾ ਕਹਿੰਦੇ ਇੱਕ ਵਿਸ਼ੇਸ਼ ਰੂਪ ਹੈ ਜੋ ਵਿਅਕਤੀ ਦੇ ਆਪਣੇ ਨਿੱਜੀ ਅਨੁਭਵ ਨੂੰ ਸਿੱਧੇ ਸਪਸ਼ਟ ਤੌਰ ਤੇ ਪੇਸ਼ ਕਰਨ ਦੀ ਲੋਚਾ ਦੇ ਵਿੱਚੋਂ ਪੈਦਾ ਹੋਇਆ ਹੈ। ਸਵੈ ਜੀਵਨੀ ਵਿੱਚ ਨਾਇਕ ਤੇ ਲੇਖਕ ਇੱਕੋ ਵਿਅਕਤੀ ਹੀ ਹੁੰਦਾ ਹੈ, ਜਿਹੜਾ ਲਿਖਦਾ ਹੈ ਤੇ ਜਿਹੜਾ ਨਾਇਕ ਹੁੰਦਾ ਹੈ। ਜਦੋਂ ਲੇਖਕ ਆਪਣੀ ਜ਼ਿੰਦਗੀ ਬਾਰੇ ਲਿਖਦਾ ਹੈ ਤਾਂ ਉਸ ਨੂੰ ਆਪਣੇ ਆਪ ਤੇ ਪੂਰਨ ਭਰੋਸਾ ਹੁੰਦਾ ਹੈ, ਕਿਉਂਕਿ ਉਹ ਆਪਣੇ ਬਾਰੇ ਲੋਕਾਂ ਨਾਲੋਂ ਜ਼ਿਆਦਾ ਜਾਣਦਾ ਹੈ। ਇਸੇ ਕਰਕੇ ਸਵੈ ਜੀਵਨੀ ਬਾਰੇ ਕਿਹਾ ਜਾਂਦਾ ਹੈ, ਸਵੈ ਜੀਵਨੀ ਵਿੱਚ ਆਪ ਹੰਢਾਈ ਤੇ ਭੋਗੇ ਹੋਏ ਪਲਾਂ ਦੀ ਪੁਨਰ ਉਸਾਰੀ ਹੁੰਦੀ ਹੈ ਕਿ ਜੋ ਕੁਝ ਉਸਨੇ ਆਪਣੀ ਲਾਈਫ ਦੇ ਵਿੱਚ ਦੇਖਿਆ ਹੁੰਦਾ ਉਹਨਾਂ ਨੂੰ ਫਿਰ ਤੋਂ ਕੀ ਗਵਾ ਉਹ ਇੱਥੇ ਬਿਆਨਦਾ ਹੈ। ਸਵੈ ਜੀਵਨੀ ਇੱਕ ਕਲਾ ਹੈ ਜਿਸ ਦਾ ਆਪਣਾ ਸੁਤੰਤਰ ਰੂਪ ਅਤੇ ਆਪਣੀ ਨਿਵੇਕਲੀ ਇੱਕ ਪਛਾਣ ਹੈ। ਕਈ ਵਾਰ ਸਵੈ ਜੀਵਨੀ ਨੂੰ ਸਾਹਿਤ ਦੇ ਦੂਜੇ ਰੂਪਾਂ ਨਾਲੋਂ ਜਿਵੇਂ ਜੀਵਨੀ, ਰੇਖਾ ਚਿੱਤਰ, ਡਾਇਰੀ, ਸੰਸਮਰਨ ਆਦਿ ਨਾਲ ਰਲਗੜ ਕੀਤਾ ਜਾਂਦਾ ਹੈਗਾ, ਪਰ ਅਸਲੀਅਤ ਇਹ ਹੈ ਕਿ ਹੁਣ ਸਵੈ ਜੀਵਨੀ ਸਾਹਿਤ ਦੇ ਇੱਕ ਅੰਗ ਵਜੋਂ ਪ੍ਰਵਾਨਿਤ ਹੋ ਚੁੱਕੀ ਹੈ। ਸੋ ਇਹ ਇੱਕ ਆਪਣਾ ਇਸਦਾ ਇੱਕ ਰੂਪ ਹੈਗਾ ਹੈ, ਆਪਣਾ ਇੱਕ ਸਰੂਪ ਹੈ, ਆਪਣੀ ਇੱਕ ਇਸਦੀ ਪਛਾਣ ਹੈਗੀ ਹੈ। ਇਸਨੂੰ ਅਸੀਂ ਕਿਸੇ ਦੇ ਨਾਲ ਜੋੜ ਕੇ ਜਿਹੜਾ ਹੈਗਾ ਵਾ ਉਸਨੂੰ ਕਹਿ ਸਕਦੇ ਹੋ ਕਿ ਪਹਿਲੋਂ ਜਿਹੜਾ ਹੈਗਾ ਸੀ ਉਹਨੂੰ ਪੇਸ਼ ਕਰਦੇ ਹੈਗੇ ਸੀ, ਪਰ ਅਗਰ ਅੱਜ ਦੇ ਦੌਰ ਦੇ ਵਿੱਚ ਦੇਖਿਆ ਜਾਏ ਤਾਂ ਇਹ ਇੱਕ ਵੱਖਰਾ ਰੂਪ ਜਿਹੜਾ ਬਣ ਕੇ ਸਾਡੇ ਸਾਹਮਣੇ ਆ ਚੁੱਕਿਆ ਹੈ। ਜਿੱਥੇ ਹੋਰ ਸਾਹਿਤ ਰੂਪ ਅਜਿਹੀਆਂ ਰੋਹ ਰੀਤਾਂ ਨੂੰ ਸਾਹਮਣੇ ਰੱਖਦੇ ਹਨ ਜਿਨ੍ਹਾਂ ਨੂੰ ਲੋਕ ਜਾਣਦੇ ਹੁੰਦੇ ਨੇ, ਉੱਥੇ ਸਵੈ ਜੀਵਨੀ ਜਿਹੜੀ ਵੀ ਹੈ ਹਰ ਵਸਤੂ ਤੋਂ ਪਰੇ ਇੱਕ ਵਿਤਰਾ ਕੇ ਲਿਖੀ ਜਾਂਦੀ ਹੈ ਜਿਸ ਨੂੰ ਪਹਿਲਾਂ ਹੋਰ ਕੋਈ ਜਾਣਦਾ ਨਹੀਂ ਹੁੰਦਾ, ਕਿਉਂਕਿ ਵਿਅਕਤੀ ਜਿਹੜਾ ਹੈਗਾ ਆਪਣੇ ਬਾਰੇ ਕੁਝ ਇਹੋ ਜਿਹੇ ਪਲ ਜਿਹੜੇ ਹੈਗੇ ਨੇ ਜਿਹੜੇ ਉਹ ਕਿਸੇ ਨੂੰ ਨਾਲ ਸਾਂਝਾ ਨਹੀਂ ਕਰਦਾ ਹੈਗਾ ਜਾਂ ਕਿਸੇ ਨੂੰ ਉਹ ਲੁਕਾ ਕੇ ਰੱਖਦਾ ਹੈ, ਉਹਨਾਂ ਨੂੰ ਇਸ ਦੇ ਵਿੱਚ ਉਹ ਪੇਸ਼ ਕਰਦਾ ਹੈਗਾ। ਇਸ ਦੀ ਹੁਣ ਪਰਿਭਾਸ਼ਾ ਹੈਗਾ ਵਾ ਕਿ ਸਵੈ ਜੀਵਨੀ ਨਿੱਜੀ ਜੀਵਨ ਦਾ ਬਿਓਰਾ ਹੈ ਜੋ ਕਰਤਾ ਵੱਲੋਂ ਖੁਦ ਹੀ ਲਿਖਿਆ ਜਾਂਦਾ ਹੈ, ਜਾਂ ਸਵੈ ਜੀਵਨੀ ਅੰਦਰ ਝਾਤ ਪਾਉਣ ਦਾ ਬਿਰਤਾਂਤ ਹੈ ਜਿਸ ਦੁਆਰਾ ਲੇਖਕ ਸਵੈ ਪੜਚੋਲ ਦੀ ਲਾਲਸਾ ਰੱਖਦਾ ਹੈ, ਜਾਂ ਫਿਰ ਸਵੈ ਜੀਵਨੀ ਮਨੁੱਖ ਦੀ ਛਾਇਆ ਹੈ ਜਿਹੜੀ ਯਾਦਾਂ ਦੀ ਰੰਗੀਨ ਧੁੰਦ ਵਿੱਚ ਤੋਂ ਪੈਦਾ ਹੁੰਦੀ ਰਹਿੰਦੀ ਹੈ। ਸੰਖੇਪ ਦੇ ਵਿੱਚ ਅਗਰ ਸਵੈ ਜੀਵਨੀ ਸਵੈ ਪ੍ਰਕਾਸ਼ ਦਾ ਸਹਿਤ ਹੈਗਾ ਕਿ ਆਪਣੇ ਖੁਦ ਦੇ ਉੱਤੇ ਇੱਕ ਪ੍ਰਕਾਸ਼ ਪਾਉਣਾ, ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਸਵੈ ਜੀਵਨੀ ਇਸ ਖਾਸ ਸਮੇਂ ਤੇ ਕੀਤੀ ਗਈ ਸਵੈ ਪੜਚੋਲ ਹੈ ਜਿਹੜੇ ਬੀਤੇ ਤੇ ਵਰਤਮਾਨ ਵਿੱਚ ਸੰਬੰਧ ਸਥਾਪਿਤ ਕਰਦੀ ਹੈ, ਜੋ ਹੰਡਾਇਆ ਹੁੰਦਾ ਹੈ ਤੇ ਜੋ ਅੱਜ ਹੰਡਾ ਰਿਹਾ ਹੈ ਉਹਨਾਂ ਦੇ ਵਿੱਚ ਇੱਕ ਸੰਬੰਧ ਸਥਾਪਿਤ ਕਰਦੀ ਹੈ। ਇਹ ਲੇਖਕ ਨਾਇਕ ਦੇ ਅਤੀਤ ਤੇ ਰਚਨਾ ਦੇ ਸਿਰਜਣ ਪਲਾਂ ਦਾ ਅਜਿਹੇ ਗੰਢ ਤੁੱਪ ਹੈ ਜਿਸ ਵਿੱਚ ਉਹ ਜੀਵਨ ਨੂੰ ਅਨਾਤਮ ਦ੍ਰਿਸ਼ਟੀ ਤੋਂ ਪੇਸ਼ ਕਰਨ ਲਈ ਪ੍ਰਤੀਬੰਧ ਹੁੰਦਾ ਹੈ। ਇਹ ਜਿਹੜਾ ਹੈਗਾ ਵਾ ਕੀ ਕਰਦਾ ਆਪਣੀ ਜਿਹੜੀ ਜ਼ਿੰਦਗੀ ਹੁੰਦੀ ਆ ਉਸ ਦੀਆਂ ਚੋਣਵੀਆਂ ਅਹਿਮ ਘਟਨਾਵਾਂ ਦੀ ਕਾਲਪਨਿਕ ਢੰਗ ਨਾਲ ਪੁਨਰ ਉਸਾਰੀ ਕਰਦਿਆਂ ਆਪਣਾ ਮੂਲ ਪਛਾਣਨ ਦਾ ਯਤਨ ਕਰਦਾ ਹੈਗਾ ਵਾ ਕਿ ਜੋ ਵੀ ਲਾਈਫ ਦੀਆਂ ਘਟਨਾਵਾਂ ਹੁੰਦੀਆਂ ਨੇ ਉਹਨਾਂ ਨੂੰ ਇੱਕ ਪੁਨਰ ਤੌਰ ਤੇ ਫਿਰ ਜੀਵਿਤ ਕਰਦਾ ਹੈਗਾ ਵਾ। ਇਸ ਤਰ੍ਹਾਂ ਸਵੈ ਜੀਵਨ ਵਿੱਚ ਲੇਖਕ ਦਾ ਸੰਬੰਧ ਰੱਖਣ ਵਾਲੀਆਂ ਸ਼ਖਸੀਅਤਾਂ ਜੋ ਉਸਦੇ ਨਾਲ ਉਸ ਸਮੇਂ ਰਿਲੇਟਡ ਹੁੰਦੀਆਂ ਨੇ ਉਹਨਾਂ ਨਾਲ ਸੰਬੰਧਿਤ ਸਮਾਜਿਕ, ਧਾਰਮਿਕ, ਰਾਜਨੀਤਿਕ, ਆਰਥਿਕ ਤੇ ਸੱਭਿਆਚਾਰਕ ਪਰਿਸਥਿਤੀਆਂ ਵੀ ਸਵੈ ਜੀਵਨੀ ਦਾ ਹਿੱਸਾ ਬਣਦੀਆਂ ਨੇ। ਸਿਰਫ ਉਹ ਆਪਣੇ ਬਾਰੇ ਨਹੀਂ ਉਹਨਾਂ ਦੇ ਨਾਲ ਸਾਨੂੰ ਜਿਹੜੇ ਲੋਕੀ ਹੁੰਦੇ ਸੀ ਉਸ ਸਮੇਂ ਜੋ ਉਹਨਾਂ ਦੇ ਨਾਲ ਸ਼ਖਸੀਅਤਾਂ ਕਈ ਵਾਰੀ ਰਹਿੰਦੀਆਂ ਉਹਨਾਂ ਦੇ ਬਾਰੇ ਵੀ ਕਾਫੀ ਜ਼ਿਆਦਾ ਨੌਲੇਜ ਜਿਹੜੀ ਸਾਨੂੰ ਮਿਲ ਜਾਂਦੀ ਹੈ। ਸਵੈ ਜੀਵਨੀ ਦੇ ਹੁਣ ਤੱਤ ਕਿਹੜੇ ਹੁੰਦੇ ਨੇ? ਸਵੈ ਜੀਵਨੀ ਦੀ ਬਣਤਰ ਤੇ ਬੁਣਤਰ ਵਿੱਚ ਕਾਰਜਸ਼ੀਲ ਤੱਤਾਂ ਬਾਰੇ ਵਿਦਵਾਨਾਂ ਦੇ ਭਿੰਨ ਭਿੰਨ ਵਿਚਾਰ। ਸਵੈ ਜੀਵਨੀ ਸ਼ਾਸਤਰ ਦੇ ਲੇਖਕ ਧਰਮਚੰਦ ਵਾਤਿਸ਼ ਨੇ ਸਵੈ ਜੀਵਨੀ ਦੇ ਤਿੰਨ ਪ੍ਰਮੁੱਖ ਤੱਤ ਮੰਨੇ ਨੇ, ਇਹ ਹੈਗਾ ਵਾ ਸ਼ਖਸੀਅਤ ਤੱਤ, ਇਤਿਹਾਸਿਕ ਤੱਤ ਤੇ ਸਾਹਿਤਕ ਤੱਤ। ਕੁਝ ਵਿਦਵਾਨ ਸਵੈ ਜੀਵਨੀ ਚ ਘਟਨਾਵਾਂ ਦੀ ਚੋਣ, ਨੰਗਾ ਸੱਚ, ਲੇਖਕ ਦਾ ਆਪਾ, ਤਜਰਬੇ ਤੇ ਕਲਾ ਸ਼ੈਲੀਆਂ ਨੂੰ ਵੀ ਵੱਖ ਵੱਖ ਤੱਤਾਂ ਵਜੋਂ ਸਵੀਕਾਰ ਕਰਦੇ ਨੇ। ਵਿਦਵਾਨਾਂ ਦੀ ਰਲੀ ਮਿਲੀ ਰਾਏ ਦੇ ਆਧਾਰ ਤੇ ਸਵੈ ਜੀਵਨੀ ਦੇ ਤਿੰਨ ਮੇਨ ਜਿਹੜੇ ਤੱਤ ਮੰਨੇ। ਸਭ ਤੋਂ ਪਹਿਲਾਂ ਆਉਂਦਾ ਘਟਨਾਵਾਂ ਦੀ ਚੋਣ ਕਿਸ ਤਰੀਕੇ ਦੇ ਨਾਲ ਕੀਤੀ ਜਾਵੇ ਸਵੈ ਜੀਵਨੀ।
ਸਹਿਜੀਵਨੀ ਲੇਖਕ ਦੇ ਨਿੱਜੀ ਜੀਵਨ ਨਾਲ ਪੂਰੀ ਤਰੀਕੇ ਨਾਲ ਸੰਬੰਧਿਤ ਹੋਣ ਤੇ ਜੀਵਨ ਦੀ ਅੰਨੇਵਾਹ ਨਕਲ ਜਿਹੜੀ ਨਹੀਂ ਹੁੰਦੀ ਕਿ ਜੋ ਕੁਝ ਹੈ ਉਸਨੂੰ ਉਸੇ ਤਰੀਕੇ ਦੇ ਨਾਲ ਨਹੀਂ ਜੀਵਨ ਦੀ ਉਲਝੀ ਤਾਣੀ ਵਿੱਚੋਂ ਮਤਲਬ ਆਪਣੀ ਲਾਈਫ ਦੇ ਵਿੱਚੋਂ ਲੇਖਕ ਜਿਹੜੀਆਂ ਕਾਂਡ ਛਾਣ ਕੇ ਮਹੱਤਵਪੂਰਨ ਘਟਨਾਵਾਂ ਨੂੰ ਚੁਣਦਾ ਹੈ ਉਹਨਾਂ ਦਾ ਵਿਸ਼ਲੇਸ਼ਣ ਕਰਦਾ ਹੈ ਤੱਥਾਂ ਦੀ ਚੋਣ ਦੇ ਮੁਤਾਬਿਕ ਕਲਾਤਮਕ ਪ੍ਰਗਟਾਵੇ ਦੀ ਚੋਣ ਕਰਦਾ ਹੈ ਕਿ ਜਿਹੜੇ ਫੈਕਟਰ ਰੀਅਲ ਹੈਗੇ ਨੇ ਉਹ ਰੀਅਲ ਰਹਿਣ ਨਾਲ ਵਿੱਚ ਥੋੜੇ ਜਿਹੇ ਕਲਪਨਾ ਦਾ ਮਿਸ਼ਰਣ ਕੀਤਾ ਜਾ ਸਕੇ ਯਾਦਾਂ ਤੇ ਘਟਨਾਵਾਂ ਦੇ ਅਨੁਸਾਰ ਕਲਾ ਰੂਪ ਦੀ ਚੋਣ ਕਰਨਾ ਸਵੈ ਜੀਵਨੀ ਦੇ ਲੇਖਕ ਦੀ ਇੱਕ ਬਹੁਤ ਵੱਡੀ ਚੁਣੌਤੀ ਹੁੰਦੀ ਹੈ ਸਵੈ ਜੀਵਨੀ ਦੀ ਸਫਲਤਾ ਇਸ ਚੋਣ ਤੇ ਨਿਰਭਰ ਕਰਦੀ ਹੈ ਕਿ ਕਿਸ ਤਰ੍ਹਾਂ ਲੇਖਕ ਨੇ ਘਟਨਾਵਾਂ ਦੀਆਂ ਲੜੀਆਂ ਨੂੰ ਕਿਸੇ ਤਰਤੀਬ 'ਚ ਵਿਉਂਤਬੰਦ ਕੀਤਾ ਹੈ ਕਿਸ ਤਰੀਕੇ ਨਾਲ ਉਹਨੇ ਇਹਨੂੰ ਪਰੋਇਆ ਹੈਗਾ ਯਾਨੀ ਕਿ ਉਸਨੂੰ ਕਿੰਨਾ ਉਹਨੇ ਦਿਲਚਸਪ ਰੋਚਕ ਬਣਾਇਆ ਕਿ ਬੋਰਿੰਗ ਨਾ ਲੱਗੇ ਤਾਂ ਪੜ੍ਹਨ ਵਾਲੇ ਨੂੰ ਵਧੀਆ ਲੱਗੇ ਸਵੈ ਜੀਵਨੀ ਕਾਰ ਜੀਵਨ ਦੀਆਂ ਘਟਨਾਵਾਂ ਨੂੰ ਯਾਦਾਂ ਦੇ ਸਹਾਰੇ ਪੁਨਰ ਸੁਰਜੀਤ ਕਰਦਾ ਹੈ ਤੇ ਫਿਰ ਉਹਨਾਂ 'ਚੋਂ ਪ੍ਰਭਾਵਸ਼ਾਲੀ ਘਟਨਾਵਾਂ ਦੀ ਚੋਣ ਕਰਦਾ ਹੈਗਾ ਇਹ ਖਾਸਾ ਔਖਾ ਕੰਮ ਹੈਗਾ ਮਤਲਬ ਕਹਿ ਸਕਦੇ ਹੋ ਕੁਝ ਯਾਦਾਂ ਜਿਹੜੀਆਂ ਹੁੰਦੀਆਂ ਨੇ ਉਹਨਾਂ ਨੂੰ ਤਾਜ਼ਾ ਕਰਨਾ ਫਿਰ ਉਸ ਦੇ ਵਿੱਚੋਂ ਚੋਣਵੀਆਂ ਘਟਨਾਵਾਂ ਜਿਹੜੀਆਂ ਹੈਗੀਆਂ ਨੇ ਉਹਨਾਂ ਨੂੰ ਲੈ ਕੇ ਆਉਣਾ ਸਾਹਮਣੇ ਇਸੇ ਪ੍ਰਕਾਰ ਦੀ ਕਠਿਨਾਈ ਨੂੰ ਮਹਿਸੂਸ ਕਰਦਿਆਂ ਵਣਜਾਰਾ ਬੇਦੀ ਲਿਖਦਾ ਹੈ ਕਿ ਆਤਮ ਕਥਾ ਦੁਨੀਆ ਦੀ ਭੀੜ ਵਿੱਚ ਆਪਣੇ ਆਪ ਨੂੰ ਪਛਾਣਨ ਦਾ ਇੱਕ ਕਲਾਤਮਿਕ ਯਤਨ ਹੈ ਆਤਮ ਕਥਾ ਸਵੈ ਜੀਵਨੀ ਠੀਕ ਹੈ ਪਰ ਬੰਦੇ ਦੀ ਕੀ ਹੈਗੀ ਹੈ ਕਿ ਹੋਣੀ ਇਹ ਹੈ ਕਿ ਆਪਣੇ ਆਪ ਨੂੰ ਹੀ ਚੰਗੀ ਤਰ੍ਹਾਂ ਪਛਾਣਨ ਦੇ ਅਸਮਰੱਥ ਹੁੰਦਾ ਹੈ ਯਾਨੀ ਕਿ ਉਹ ਸਵੈ ਭੀੜ ਵਿੱਚ ਰਲ ਕੇ ਗੁਆ ਜਾਂਦਾ ਹੈ ਤੇ ਸਮੇਂ ਦੀ ਧੂੜ ਦੇ ਨਾਲ ਰੰਗ ਬਦਲ ਲੈਂਦਾ ਹੈ ਮਤਲਬ ਜੋ ਵਿਅਕਤੀ ਜਿਸ ਤਰੀਕੇ ਦਾ ਹੁੰਦਾ ਹੈ ਉਹ ਉਸ ਤਰੀਕੇ ਦੇ ਨਾਲ ਜਿਹੜਾ ਹੈਗਾ ਵਾ ਸਾਨੂੰ ਨਹੀਂ ਦਿਖਦਾ ਉਹ ਵੀ ਕਹਿ ਦਿੱਤਾ ਹੈ ਕਿ ਆਪਣੇ ਆਪ ਨੂੰ ਉਹ ਭੁੱਲ ਜਾਂਦਾ ਹੈਗਾ ਵਾ ਕਿ ਜੋ ਰੀਅਲ ਹੈਗਾ ਤੇ ਜੋ ਉਹ ਆਮ ਨੋਰਮਲ ਦੁਨੀਆ ਦੇ ਸਾਹਮਣੇ ਹੈਗਾ ਵਾ ਉਹ ਉਸਨੂੰ ਪੇਸ਼ ਕਰਦਾ ਹੈ ਕਿਧਰੇ ਸਮਾਂ ਉਸਨੂੰ ਘਸਮੈਲਾ ਕਰ ਦਿੰਦਾ ਹੈ ਕਿਧਰੇ ਆਪਣੀ ਘਾਸੀ ਦੁਆਰਾ ਲਿਸ਼ਕਾ ਚਮਕਾ ਵੀ ਦਿੰਦਾ ਹੈਗਾ ਕਈ ਵਾਰ ਲੇਖਕ ਦੀਆਂ ਯਾਦਾਂ ਵੀ ਲੁਕਣ ਮਿੱਟੀ ਖੇਡ ਖੇਡਦੀਆਂ ਨੇ ਬਹੁਤ ਕੁਝ ਭੁੱਲਣ ਦੀ ਸੰਭਾਵਨਾ ਬਣੀ ਰਹਿੰਦੀ ਹੈ ਪਰ ਘਟਨਾਵਾਂ ਦੀ ਚੋਣ ਕਰਨ ਨਾਲ ਕਠਿਨ ਕਾਰਜ ਯਾਦਾਂ ਦੇ ਸਹਾਰੇ ਹੀ ਕਰਨਾ ਪੈਂਦਾ ਹੁਣ ਕੋਈ ਯਾਦ ਤੁਸੀਂ ਫਿਰ ਰਿਮੈਂਬਰ ਕਰੋਗੇ ਤੁਸੀਂ ਉਹਨੂੰ ਯਾਦ ਕਰੋਗੇ ਕਿਹੜੀਆਂ ਉਸ ਸਮੇਂ ਯਾਦਾਂ ਸੀ ਪਲ ਸੀ ਉਹਨਾਂ ਦੇ ਵਿੱਚ ਕਿਹੜੀਆਂ ਕਿਹੜੀਆਂ ਘਟਨਾਵਾਂ ਬੀਤੀਆਂ ਸੀ ਉਹਨਾਂ ਨੂੰ ਫਿਰ ਤੁਸੀਂ ਉਸੇ ਮੁਤਾਬਕ ਲਿਖੋਗੇ ਸਵੈ ਜੀਵਨੀਕਾਰ ਆਪਣੀ ਜ਼ਿੰਦਗੀ ਦੇ ਪਸਾਰੇ ਨੂੰ ਕਿਸੇ ਏਕਤਾ ਦੇ ਵਿੱਚ ਢਾਲ ਕੇ ਕਲਾਤਮਕ ਢੰਗ ਨਾਲ ਪੇਸ਼ ਕਰਨ ਦਾ ਯਤਨ ਕਰਦਾ ਹੈ ਅੱਗੇ ਆਇਆ ਨੰਗਾ ਸਰ ਸਵੈ ਜੀਵਨੀ ਵਿੱਚ ਜੋ ਕੁਝ ਵੀ ਲਿਖਿਆ ਜਾਂਦਾ ਹੈ ਅੱਖੀ ਡਿੱਠਾ ਤੇ ਆਪ ਖੰਡਾਇਆ ਸੱਚ ਹੁੰਦਾ ਹੈ ਤੇ ਸੱਚ ਨੂੰ ਪੇਸ਼ ਕਰਨਾ ਹੀ ਸੱਚ ਇਸ ਸਵੈ ਜੀਵਨੀ ਦਾ ਅਗਲਾ ਤੱਤ ਹੁੰਦਾ ਹੈ ਤੇ ਮਨੋਰਥ ਹੁੰਦਾ ਹੈ ਜੋ ਕੁਝ ਵਾਪਰਿਆ ਹੁੰਦਾ ਹੈ ਉਸਨੂੰ ਸਹੀ ਤਰੀਕੇ ਨਾਲ ਅੰਕਿਤ ਕਰਨ ਦੀ ਲਾਲਸਾ ਹੀ ਸਵੈ ਜੀਵਨੀ ਹੁੰਦੀ ਕਿ ਕੁਛ ਵੀ ਲੁਕਾਉਣਾ ਨਹੀਂ ਹੈਗਾ ਇਸ ਲਈ ਤੇ ਇਸ ਸੱਚ ਨੂੰ ਪੇਸ਼ ਕਰਨਾ ਇੱਕ ਠੋਸ ਤੇ ਪ੍ਰਮਾਣਿਕ ਰੂਪ ਹੈਗਾ ਇਸਦਾ ਤੇ ਸਥਾਪਿਤ ਲੇਖਕ ਆਪਣੀਆਂ ਕਿਰਤਾਂ ਵਿਚਲੇ ਸੱਚ ਦੀ ਪ੍ਰਤੀਬੱਧਤਾ ਨੂੰ ਸਪਸ਼ਟ ਕਰਨ ਲਈ ਸਵੈ ਜੀਵਨੀ ਲਿਖਦਾ ਹੈ ਉਸ ਦੀਆਂ ਲਿਖਤਾਂ ਤੇ ਕਿਰਤਾਂ ਵਿੱਚ ਪਸਰਿਆ ਉਸਦਾ ਜੀਵਨ ਫਲਸਫਾ ਉੱਪਰ ਕੇ ਸਾਹਮਣੇ ਹੁੰਦਾ ਹੈ ਕਿ ਸਾਨੂੰ ਪਤਾ ਲੱਗਦਾ ਉਸਨੇ ਕਿੱਥੋਂ ਤੱਕ ਸੱਚਾਈ ਜਿਹੜੀ ਲਿਖੀ ਹੈ ਪਰ ਸਵੈ ਜੀਵਨੀ ਵਿੱਚ ਦਾ ਸੱਚ ਨੰਗਾ ਸੱਚ ਹੁੰਦਾ ਹੈ ਮਤਲਬ ਕਹਿ ਸਕਦੇ ਹੋ ਕਿ ਬਹੁਤ ਸਾਰਾ ਘੱਟ ਲੋਕੀ ਹੁੰਦੇ ਨੇ ਜਿਹੜੇ ਇੱਕ ਹਿੰਮਤ ਕਰਦੇ ਗਏ ਨੇ ਕਿ ਆਪਣਾ ਸੱਚ ਜਿਹੜਾ ਹੈਗਾ ਉਸਨੂੰ ਕਬੂਲਿਆ ਜਾ ਸਕੇ ਆਪਣੀ ਨਿੱਜੀ ਜਿਹੜੀ ਹੈਗੀ ਹੈ ਜਾਤੀ ਜ਼ਿੰਦਗੀ ਦੇ ਜੋ ਉੱਜਲ ਪੱਖ ਹੈਗੇ ਨੇ ਉਹਨਾਂ ਨੂੰ ਹੀ ਉਹ ਪਿਆਂਦੇ ਰਹਿੰਦੇ ਨੇ ਤੇ ਜਿਹੜੇ ਮੇਨ ਕਾਲੇ ਪੱਖ ਹੁੰਦੇ ਨੇ ਜਿਹੜੇ ਕਹਿ ਸਕਦੇ ਹੋ ਹਨੇਰੇ ਵਿੱਚ ਹੁੰਦੇ ਨੇ ਉਹਨਾਂ ਨੂੰ ਉਹ ਉੱਥੇ ਹੀ ਰੱਖਦੇ ਨੇ ਕੋਈ ਹਿੰਮਤ ਵਾਲਾ ਹੀ ਹੁੰਦਾ ਹੈ ਜਿਹੜਾ ਇਸਨੂੰ ਪੇਸ਼ ਕਰਦਾ ਹੈ ਪਰ ਫਿਰ ਕੁਝ ਵਿਦਵਾਨ ਇਹ ਵੀ ਮੰਨਦੇ ਨੇ ਕਿ ਸਵੈ ਜੀਵਨੀ ਜੀ ਸਿਰਫ ਸੱਚ ਪੇਸ਼ ਕੀਤਾ ਜਾਣਾ ਚਾਹੀਦਾ ਹੈ ਸੱਚ ਤੋਂ ਸਿਵਾ ਕੁਝ ਵੀ ਪੇਸ਼ ਨਹੀਂ ਕੀਤਾ ਜਾਂਦਾ ਪਰ ਕਈ ਇਹੋ ਜਿਹੇ ਇੱਕ ਸੱਚ ਵੀ ਹੁੰਦੇ ਨੇ ਜਿਨ੍ਹਾਂ ਨੂੰ ਜਗ ਜਾਹਰ ਕਰਨ ਦੀ ਕੋਈ ਸਮੱਸਿਆਵਾਂ ਵੀ ਖੜੀਆਂ ਹੋ ਜਾਂਦੀਆਂ ਨੇ ਇਸ ਕਰਕੇ ਉਸਨੂੰ ਨਾ ਪੇਸ਼ ਕਰਨਾ ਹੀ ਕਈ ਵਾਰੀ ਸਵੈ ਜੀਵਨੀਕਾਰ ਦੀ ਭਲਾਈ ਹੁੰਦੀ ਹੈ ਤੇ ਕਈ ਵਾਰੀ ਕੀ ਹੁੰਦੇ ਕੋਈ ਸੱਚ ਇਹੋ ਜਿਹੇ ਹੁੰਦੇ ਨੇ ਜਿਨ੍ਹਾਂ ਨੂੰ ਭੁੱਲ ਜਾਂਦੇ ਹੈਗੇ ਨੇ ਪਰ ਕੀ ਗਵਾ ਕਹਿੰਦੇ ਕੁਝ ਵੀ ਹੋਵੇ ਸਵੈ ਜੀਵਨੀ ਤੇ ਸੱਚ ਦਾ ਗੂੜਾ ਨਾਤਾ ਬਣਿਆ ਰਹਿੰਦਾ ਕਿ ਵਿਅਕਤੀ ਜਿਹੜਾ ਲਿਖਦਾ ਪਿਆ ਸਵੈ ਜੀਵਨੀ ਉਸਨੂੰ ਸੱਚ ਬਿਆਨ ਕਰਨਾ ਹੀ ਚਾਹੀਦਾ ਹੈ ਨਾ ਪਰ ਕਈ ਇਹੋ ਜਿਹੀ ਚੀਜ਼ਾਂ ਹੁੰਦੀਆਂ ਜਿਨ੍ਹਾਂ ਨੂੰ ਲੁਕਾ ਕੇ ਰੱਖਿਆ ਜਾਣਾ ਬਿਹਤਰੀ ਸਮਝੀ ਜਾਂਦੀ ਹੈ ਆਪਾਂ ਹੈਗਾ ਵਾ ਕਿ ਆਪਣੇ ਆਪ ਨੂੰ ਪਛਾਣਨਾ ਕਿਉਂਕਿ ਆਪਣੇ ਆਪ ਨੂੰ ਜਾਣਨਾ ਹੀ ਆਪਣੀਆਂ ਕਮਜ਼ੋਰੀਆਂ ਉਣਤਾਈਆਂ ਸ਼ਕਤੀਆਂ ਕਾਮਯਾਬੀ ਨੂੰ ਪਛਾਣਨਾ ਹੈ ਉਹਨਾਂ ਨੂੰ ਕਬੂਲ ਕਰਨਾ ਇਸ ਲਈ ਸਵੈ ਜੀਵਨੀ ਆਪਣੇ ਆਪੇ ਦੀ ਤਲਾਸ਼ ਕਰਦੀ ਹੈ ਅਸੀਂ ਭਾਵੇਂ ਗੁੜ ਫਿਲੋਸਫੀ ਦੀ ਗੱਲ ਨਾ ਵੀ ਕਰੀਏ ਜਿੱਥੇ ਨਾਰਾ ਲਾਇਆ ਜਾਂਦਾ ਹੈ ਕਿ ਨੋਨ ਥਾਈਸੈਲਫ ਅਰਥਾਤ ਆਪਣੇ ਆਪ ਨੂੰ ਪਛਾਣੋ ਤੇ ਪਰ ਫਿਰ ਵੀ ਸੱਚ ਹੈ ਕਿ ਸਾਇਦਾ ਰੂਪ ਸਵੈ ਜੀਵਨੀ ਆਪੇ ਦੀ ਪਛਾਣਤ ਕਰਨ ਦੀ ਇੱਕ ਕੁਝ ਕੁਸ਼ਲ ਕਲਾ ਹੈਗੀ ਮਤਲਬ ਆਪਣੇ ਆਪ ਨੂੰ ਪਛਾਣਨਾ ਤੁਸੀਂ ਕਿਸ ਤਰੀਕੇ ਦੇ ਹੋ ਤੁਹਾਡੀਆਂ ਜਿਹੜੀਆਂ ਨੈਗੇਟਿਵ ਪੱਖ ਹੈਗੇ ਤੁਹਾਡੇ ਜਿਹੜੇ ਪੋਜ਼ਿਟਿਵ ਪੱਖ ਹੈਗੇ ਉਹਨਾਂ ਨੂੰ ਤੁਸੀਂ ਕਬੂਲਣਾ ਇਸ ਪੱਖ ਤੋਂ ਸਵੈ ਜੀਵਨੀ ਆਤਮ ਬਿਰਤਾਂਤ ਹੈ ਜੋ ਜ਼ਿੰਦਗੀ ਦਾ ਆਪ ਹੀ ਬਿਰਤਾਂਤ ਪੇਸ਼ ਕਰਨ ਦਾ ਟੀਚਰ ਹੈ ਤੁਹਾਨੂੰ ਸਿਖਾਉਂਦੀ ਹੈ ਤੁਹਾਡੀਆਂ ਕੀ ਕਮਜ਼ੋਰੀਆਂ ਉਹਨਾਂ ਨੂੰ ਪਛਾਣੋ
ਠੀਕ ਹੈ। ਇਸ ਤਰੀਕੇ ਸਵੈ ਜੀਵਨੀ ਕਾਰਤ ਆਪਣਾ ਆਪਾ ਤੇ ਆਪਣੀ ਨਿੱਜੀ ਸ਼ਖਸੀਅਤ ਦੇ ਵਿੱਚ ਸਵੈ ਸਾਕਾਰ ਹੁੰਦੀ ਹੈ ਸਵੈ ਜੀਵਨੀ 'ਚ, ਤੇ ਇਹੋ ਇਸ ਦਾ ਮੁੱਢਲਾ ਤੱਤ ਹੁੰਦਾ ਹੈ। ਜਦੋਂ ਇਹ ਚੀਜ਼ ਸਾਹਮਣੇ ਆਉਂਦੀ ਹੈ ਉਹਨਾਂ ਦਾ ਆਪਣਾ ਕਮਜ਼ੋਰੀਆਂ, ਤੇ ਜਿਹੜੇ ਪੜ੍ਹਨ ਵਾਲੇ ਵੀ ਹੁੰਦੇ ਹਨ ਉਹਨਾਂ ਨੂੰ ਵੀ ਹਿੰਮਤ ਮਿਲਦੀ ਹੈ ਕਿ ਉਹਨਾਂ ਨੇ ਕਿਸ ਤਰੀਕੇ ਨਾਲ ਇਸ ਨੂੰ ਕਬੂਲਿਆ ਸੀ ਜਾਂ ਇਹਨਾਂ ਦਾ ਡਟ ਕੇ ਸਾਹਮਣਾ ਕੀਤਾ ਸੀ। ਠੀਕ ਹੈ, ਅੱਗੇ ਆ ਜਾਂਦਾ ਵਿਸ਼ਾ ਵਸਤੂ ਕੀ ਹੁੰਦਾ ਹੈਗਾ। ਹੁਣ ਕਹਿੰਦੇ ਇਹ ਆਪਾਂ ਸਵੈ ਜੀਵਨੀ 'ਚ ਇੱਕ ਵਿਸ਼ੇ ਵਜੋਂ ਵੀ ਦਾਖਲ ਹੁੰਦਾ ਹੈ ਕਿ ਸਵੈ ਜੀਵਨੀ ਦਾ ਵਿਸ਼ਾ ਜੀਵਨ ਹੁੰਦਾ ਹੈ। ਲੇਖਕ ਨੇ ਆਪਣੇ ਆਪ ਨੂੰ ਇੱਕ ਵਿਸ਼ੇ ਵਜੋਂ ਦੂਰ ਫਾਸਲੇ ਤੇ ਰੱਖ ਕੇ ਵਾਚਣਾ ਹੁੰਦਾ ਹੈ। ਇੱਥੇ ਕੇਵਲ ਆਪਣੇ ਆਪ ਨੂੰ ਭੁੱਲਣਾ ਵੀ ਹੁੰਦਾ ਹੈ ਤੇ ਯਾਦ ਕਰਨਾ ਵੀ ਹੁੰਦਾ ਹੈ, ਕਿਉਂਕਿ ਮਨੁੱਖ ਆਪਣੀਆਂ ਹਾਲਾਤਾਂ ਤੇ ਪਰਿਸਥਿਤੀਆਂ ਦਾ ਦਾਸ ਹੈ, ਤੇ ਉਹ ਆਪਣੀਆਂ ਜਿਹੜੀਆਂ ਹਾਲਾਤਾਂ ਹੈਗੀਆਂ ਨੇ ਉਹਨਾਂ ਤੋਂ ਪ੍ਰਭਾਵਿਤ ਹੋ ਬਿਨਾਂ ਨਹੀਂ ਰਹਿ ਸਕਦਾ। ਮਤਲਬ ਜੋ ਉਹਨਾਂ ਦੀ ਲਾਈਫ ਦੇ ਵਿੱਚ ਗੁਜ਼ਰਿਆ ਹੁੰਦਾ, ਬੀਤਿਆ ਹੁੰਦਾ ਹੈ, ਉਹਨਾਂ ਨੂੰ ਉਹ ਬਿਆਨਣਾ, ਉਹ ਕੀ ਫੀਲ ਕਰਦੇ ਸੀ ਉਸ ਸਮੇਂ, ਉਹਨਾਂ ਚੀਜ਼ਾਂ ਨੂੰ ਉਹ ਬਿਆਨਦੇ ਨੇ। ਜੋ ਕੁਝ ਵੀ ਉਹ ਆਪਣਾ ਲਾਈਫ ਦੇ ਵਿੱਚ ਜੀਵਨ ਸਫ਼ਰ ਤੈਅ ਕਰਦਾ ਹੈ ਤਾਂ ਉਸਦੇ ਮੁਤਾਬਕ ਉਸਦੀ ਸ਼ਖਸੀਅਤ ਉਵੇਂ ਹੀ ਬਣਦੀ ਹੈ। ਕਿ ਪੜ੍ਹਨ ਵਾਲੇ ਵੀ ਦੇਖਦੇ ਨੇ ਕਿ ਕਿਸ ਤਰੀਕੇ ਦੀ ਉਹਨਾਂ ਦੀ ਲਾਈਫ ਸਟਰਗਲਿੰਗ ਸੀ ਜਾਂ ਸਹੀ ਸੀ, ਕਿਸ ਤਰੀਕੇ ਦੀ ਸੀ ਤੇ ਉਹ ਕਿਸ ਤਰੀਕੇ ਨਾਲ ਉਹਨਾਂ ਨੇ ਹੈਂਡਲ ਕੀਤਾ ਹੈਗਾ। ਠੀਕ ਹੈ, ਇਸ ਲਈ ਸਵੈ ਜੀਵਨੀ ਵਿੱਚ ਲੇਖਕ ਦਾ ਆਪਾਂ ਉਸਦੀ ਸ਼ਖਸੀਅਤ ਉਸਦੇ ਜੀਵਨ ਨੂੰ ਇੱਕ ਵਿਸ਼ੇ ਵਜੋਂ ਅੰਕਿਤ ਕਰਨ ਦੇ ਨਾਲ ਨਾਲ ਉਸ ਦੇ ਆਪਣੇ ਸਮੇਂ ਦੇ ਸਮਾਜ, ਸੱਭਿਆਚਾਰ, ਰਾਜਨੀਤੀ ਤੇ ਸਾਹਿਤ ਰੀਤੀ ਦੀ ਤਸਵੀਰ ਵੀ ਚਿੱਤਰਿਤ ਇੱਕ ਤਰੀਕੇ ਨਾਲ ਹੁੰਦੀ ਹੈ। ਸਿਰਫ ਉਸਦੀ ਲਾਈਫ ਦੇ ਬਾਰੇ ਨਹੀਂ, ਉਸ ਸਮੇਂ ਉੱਥੋਂ ਦੇ ਹਾਲਾਤ, ਆਰਥਿਕ, ਸਮਾਜਿਕ, ਰਾਜਨੀਤਿਕ ਸਭ ਕੁਝ ਦਾ ਪਤਾ ਚੱਲਦਾ ਹੈ ਕਿ ਉਸਦਾ ਕੀ ਪ੍ਰਭਾਵ ਪਿਆ ਸੀ। ਠੀਕ ਹੈ, ਇਹ ਵੀ ਚੀਜ਼ ਆ ਜਾਂਦੀ ਹੈਗੀ ਇਸ ਦਾ ਵਿਸ਼ਾ। ਅੱਗੇ ਆ ਜਾਂਦੇ ਅਨੁਭਵ ਜਾਂ ਤਜਰਬੇ। ਤਜਰਬਿਆਂ ਦਾ ਸੰਗ੍ਰਹਿ ਸਵੈ ਜੀਵਨੀ ਹੈਗੀ ਹੈ। ਸਵੈ ਜੀਵਨੀ ਲਿਖੇ ਜਾਣ ਤੋਂ ਪਹਿਲਾਂ ਜੀਵੀ ਜਾਂਦੀ ਹੈ ਤੇ ਖੇਡੀ ਜਾਂਦੀ ਹੈ। ਇਹ ਵਾਪਰਨ ਵੇਲੇ ਹੀ ਘਟਨਾ ਉੱਤੇ ਚਿੰਨ੍ਹ ਜਿਹੜੇ ਹੈਗੇ ਨੇ ਇੱਕ ਪ੍ਰਕਾਰ ਛੱਡ ਜਾਂਦੀ ਹੈ। ਇਹ ਚਿੰਨ੍ਹ ਹੀ ਤਜਰਬੇ ਜਾਂ ਅਨੁਭਵ ਬਣ ਜਾਂਦੇ ਨੇ। ਇਹਨਾਂ ਤਜਰਬਿਆਂ, ਅਨੁਭਵਾਂ ਤੇ ਭਾਵਾਂ ਦੀ ਸਿਲਸਿਲੇਵਾਰ ਲੜੀ ਨੂੰ ਪੇਸ਼ ਕਰਨਾ ਹੀ ਸਵੈ ਜੀਵਨੀ ਹੈ। ਕੌੜੇ ਮਿੱਠੇ ਜਿਹੜੇ ਲੇਖਕ ਦੇ ਇਹ ਨਿੱਜੀ ਅਨੁਭਵ ਹੁੰਦੇ ਨੇ ਜਿਹੜੇ ਸਵੈ ਜੀਵਨੀ 'ਚੋਂ ਪੇਸ਼ ਕਰਦਾ ਹੈ, ਤੇ ਕਈ ਵਾਰ ਅਜਿਹਾ ਨਿੱਜੀ ਅਨੁਭਵ ਸਾਰੀ ਮਨੁੱਖਤਾ ਲਈ ਗਿਆਨ ਦੇ ਭੰਡਾਰ ਵਜੋਂ ਚਾਨਣ ਮਨਾਰਿਆਂ ਦਾ ਕੰਮ ਵੀ ਕਰਦੇ ਨੇ। ਇੱਕ ਤਰੀਕੇ ਨਾਲ ਸਵੈ ਜੀਵਨੀ ਸਵੈ ਪਰਚੋਲ ਹੁੰਦੀ ਹੈ। ਇਹ ਸਾਨੂੰ ਜਿੱਥੇ ਜਿੱਥੇ ਲੇਖਕ ਥਿੜਕਿਆ ਹੁੰਦਾ ਹੈ, ਅਸਫਲ ਹੋਇਆ ਹੁੰਦਾ ਹੈ, ਜਾਤੀ ਲਾਭ ਲਈ ਮਰਿਆਦਾ ਤੋਂ ਭ੍ਰਿਸ਼ਟ ਹੋਇਆ ਹੁੰਦਾ ਹੈ, ਦੂਜੇ ਪਾਸੇ ਦੇਸ਼, ਰਾਸ਼ਟਰ, ਸਮਾਜ ਦੇ ਕਲਿਆਣ ਲਈ ਕੋਈ ਮਹਾਨ ਕਾਰਨਾਮਾ ਕਰ ਗੁਜ਼ਰਿਆ ਹੁੰਦਾ ਹੈ, ਉੱਥੇ ਉੱਥੇ ਅਜਿਹੇ ਤਜਰਬੇ ਜਿਹੜੇ ਹੁੰਦੇ ਨੇ ਪਾਠਕਾਂ ਲਈ ਅਸ਼ੁਭ ਤਿਆਗ ਲਈ ਤੇ ਸ਼ੁਭ ਯਾਨੀ ਕਿ ਪੋਜ਼ਿਟਿਵ ਪੱਖ ਜਿਹੜੇ ਹੈਗੇ ਨੇ ਉਹਨਾਂ ਤੋਂ ਸੇਧ ਲੈਣ ਦੀ ਕੋਸ਼ਿਸ਼ ਉਹ ਕਰਦੇ ਹੈਗੇ ਨੇ। ਠੀਕ ਹੈ, ਸੋ ਇਹ ਵੀ ਚੀਜ਼ ਆਉਂਦੀ ਹੈਗੀ ਆ ਕਿ ਸਵੈ ਜੀਵਨੀ ਅਨੁਭਵ ਹੁੰਦੇ ਜੋ ਉਸਨੇ ਆਪਣੀ ਜ਼ਿੰਦਗੀ 'ਚ ਹੰਡਾਇਆ ਹੁੰਦਾ, ਜਦੋਂ ਉਹ ਉਹਨਾਂ ਤਜਰਬਿਆਂ ਨੂੰ ਲੋਕਾਂ ਦੇ ਸਾਹਮਣੇ ਪੇਸ਼ ਕਰਦਾ ਤਾਂ ਉਹਨਾਂ ਨੂੰ ਪੜ੍ਹਨ ਵਾਲਿਆਂ ਨੂੰ ਵੀ ਸੇਧ ਮਿਲਦੀ ਹੈ। ਅਧਿਕਾਰੀ ਵਿਅਕਤੀ ਹੁੰਦਾ ਕਿ ਕੋਈ ਮਹਾਨ ਵਿਅਕਤੀ ਹੁੰਦਾ, ਕੋਈ ਪ੍ਰਤਿਭਾਸ਼ੀਲ ਹੋਵੇ ਜਿਸ ਨੂੰ ਸ਼ੋਹਰਤ ਇਨ ਨਿਕਨਾਮੀ ਖੱਟੀ ਹੋਵੇ, ਅਜਿਹਾ ਵਿਅਕਤੀ ਹੀ ਜਿਹੜਾ ਸਵੈ ਜੀਵਨੀ ਲਿਖ ਸਕਦਾ ਹੈ। ਦੁਨੀਆ ਦੀ ਕੋਈ ਅਜਿਹੀ ਵਿਰਲੀ ਹਸਤੀ ਹੀ ਹੁੰਦੀ ਹੈ ਜਿਸ ਦੇ ਜੀਵਨ ਦੀਆਂ ਪੈੜਾਂ ਸਮੇਂ ਦੇ ਜੀਵਨ ਉਪਰੰਤ ਵੀ ਕਾਇਮ ਰਹਿੰਦੀਆਂ। ਸਵੈ ਜੀਵਨੀ ਲੇਖਕ ਕੋਈ ਕੋਈ ਚੇਤਨ ਕਲਾਕਾਰ, ਅਨੂਠਾ ਵਿਅਕਤੀ, ਅਨੁਭਵੀ ਵਿਅਕਤੀ, ਸੋਹਦਰ ਪੁਰਸ਼ ਜਿਹੜਾ ਹੁੰਦਾ ਹੈ ਹੀ ਹੋ ਸਕਦਾ ਹੈ। ਕੋਈ ਮਹਾਨ ਵਿਅਕਤੀ ਹੁੰਦਾ ਹੈ ਜੋ ਝੂਠ ਤੇ ਸੱਚ ਦਾ ਨਿਤਾਰਾ ਕਰਨ ਵਿੱਚ ਸਮਰੱਥ ਹੋਵੇ, ਜੋ ਆਪਣੇ ਆਪ ਨੂੰ ਐਕਸੈਪਟ ਕਰ ਸਕੇ ਆਪਣੀ ਗੁਣ ਦੋਸ਼, ਤੇ ਉਸ ਸਵੈ ਜੀਵਨੀ ਦੇ ਥਰੂ ਉਹਨਾਂ ਨੂੰ ਸਾਹਮਣੇ ਪੇਸ਼ ਕਰ ਸਕੇ। ਠੀਕ ਹੈ, ਜੀਵਨ ਦੇ ਕਹਿੰਦੇ ਲੰਮੇ ਚੌੜੇ ਵਿਆਪਕ ਪਸਾਰੇ 'ਚ ਵਿੱਚ ਚੋਣਵੇਂ ਅੰਸ਼ਾਂ ਨੂੰ ਇਕੱਤਰ ਕਰਕੇ ਸਾਹਿਤਕਾਰ ਵਿਅਕਤੀਤਵ ਦੀ ਰਚਨਾ ਕਰਦਾ ਹੈ, ਜੋ ਮਹਾਨ ਸਵੈ ਜੀਵਨੀ ਦਾ ਇੱਕ ਤਰੀਕੇ ਨਾਲ ਵਿਸ਼ਾ ਬਣਦਾ ਹੈਗਾ। ਕੋਈ ਵੀ ਸਿਆਸਤ ਵਾਲਾ ਹੋਵੇ, ਕੋਈ ਵੀ ਖੇਡ ਵਾਲਾ ਹੋਵੇ, ਐਕਟਰ ਹੋਵੇ, ਐਕਟਰਸ ਹੋਵੇ, ਕੋਈ ਵੀ ਇਹੋ ਜਿਹੇ ਪ੍ਰਾਈਮ ਮਿਨਿਸਟਰ ਹੋਣ, ਰਾਸ਼ਟਰਪਤੀ ਹੋਣ, ਇਸ ਤੋਂ ਇਲਾਵਾ ਕੋਈ ਵੀ ਮਿਨਿਸਟਰ ਹੋਵੇ, ਮਹਾਨ ਆਗੂ ਹੋਵੇ, ਕੋਈ ਵੀ ਕਹਿ ਸਕਦੇ ਹੋ ਭਗਤ ਹੋਵੇ, ਕੁਛ ਵੀ ਇਹੋ ਜਿਹੇ ਵਿਅਕਤੀ ਜਿਹੜੇ ਹੈਗੇ ਨੇ ਉਹ ਆਪਣੇ ਜੀਵਨ ਨੂੰ ਲਿਖ ਸਕਦੇ ਨੇ। ਬੋਲੀ ਤੇ ਸ਼ੈਲੀ ਹੁਣ ਕਿਸ ਪ੍ਰਕਾਰ ਦੀ ਹੋਣੀ ਚਾਹੀਦੀ ਹੈ। ਸਵੈ ਜੀਵਨੀ ਵਾਰਤਕ ਦੀ ਵੰਨਗੀ ਹੈ, ਜਿਸ ਜਿਵੇਂ ਵਾਰਤਕ ਨੂੰ ਰਸਮਈ ਤੇ ਸਵਾਦੀ ਬਣਾਉਣਾ ਔਖਾ ਹੁੰਦਾ ਹੈ, ਉਸੇ ਤਰੀਕੇ ਨਾਲ ਸਵੈ ਜੀਵਨੀ ਨੂੰ ਵੀ ਇਹਦੇ ਵਿੱਚ ਜਦੋਂ ਘਟਨਾਵਾਂ ਦੀ ਚੋਣ ਲਈ ਬੜਾ ਚੇਤਨ ਹੁੰਦਾ ਹੈ ਤਾਂ ਸ਼ਬਦ, ਮੁਹਾਵਰਿਆਂ ਤੇ ਵਾਕਾਂ ਦੀ ਚੋਣ ਕਰਨ 'ਚ ਉਸ ਬੜਾ ਸੁਘੜ ਹੋਣਾ ਚਾਹੀਦਾ ਹੈ। ਭਾਸ਼ਾ ਨੂੰ ਪ੍ਰਭਾਵਮਈ ਤੇ ਰਵਾਨੀ ਭਰਪੂਰ ਬਣਾਉਣ ਲਈ ਢੁੱਕਵੇਂ ਸ਼ਬਦਾਂ ਦੀ ਵੀ ਵਰਤੋਂ ਕਰਦਾ ਹੈ। ਉਹ ਆਪਣੇ ਪ੍ਰਗਟਾ ਢੰਗ ਨੂੰ ਪੇਸ਼ ਕਰਨ ਲਈ ਕੋਈ ਵੀ ਆਪਣੀ ਸ਼ੈਲੀ ਅਪਣਾ ਸਕਦਾ ਹੈ, ਜਿਹੜੇ ਭਾਵੇਂ ਰੋਮਾਂਚਿਤ ਹੋਵੇ, ਕਲਾਸਿਕ ਹੋਵੇ, ਅਲੰਕਾਰਾਂ ਨਾਲ ਸੱਜੀ ਦੂਜੀ ਹੋਵੇ, ਪਰ ਇਹ ਕਿ ਉਸਨੂੰ ਇਹੋ ਜਿਹੀ ਚੀਜ਼ਾਂ ਪੇਸ਼ ਕਰਨੀਆਂ ਚਾਹੀਦੀਆਂ, ਰਚਨਾ, ਸ਼ਬਦ ਇਹੋ ਜਿਹੇ ਰੱਖਣੇ ਚਾਹੀਦੇ ਕਿ ਦਰਸ਼ਕਾਂ ਨੂੰ ਟੁੰਬ ਸਕੇ। ਉਦੇਸ਼ ਕੀ ਆ ਜਾਂਦਾ ਗਵਾ, ਜੀਵਨ ਯਾਤਰਾ ਦੇ ਦੌਰਾਨ ਹੋਈਆਂ ਭੁੱਲਾਂ ਨੂੰ ਅਸਵੀਕਾਰ ਕਰਨਾ ਤੇ ਪ੍ਰਾਪਤੀਆਂ ਦਾ ਮੁੱਲ ਪਾਉਣਾ ਸਵੈ ਜੀਵਨੀ ਦਾ ਉਦੇਸ਼ ਹੁੰਦਾ ਹੈ। ਕਿ ਜੋ ਉਹਨਾਂ ਨੇ ਭੁੱਲਾਂ ਹੋਈਆਂ ਉਹਨਾਂ ਨੂੰ ਸਵੀਕਾਰ ਕਰਨਾ, ਪ੍ਰਾਪਤੀਆਂ ਜਿਹੜੀਆਂ ਹੁੰਦੀਆਂ ਨੇ ਉਹਨਾਂ ਨੂੰ ਦੱਸਣਾ ਕਿ ਕੀ ਉਹਨਾਂ ਨੇ ਉੱਤੋਂ ਗ੍ਰਹਿਣ ਕੀਤਾ ਹੈਗਾ, ਜੋ ਉਹਨਾਂ ਦੀਆਂ ਲਾਈਫ ਦੇ ਵਿੱਚ ਕਮਜ਼ੋਰੀਆਂ ਹੁੰਦੀਆਂ ਨੇ, ਜੋ ਚੀਜ਼ਾਂ ਉਹਨਾਂ ਨੂੰ ਇਸ ਦੇ ਵਿੱਚ ਪੇਸ਼ ਕਰਨਾ ਇਸ ਦਾ ਉਦੇਸ਼ ਹੁੰਦਾ ਹੈ। ਠੀਕ ਹੈ,
मानसिक संताप ਨੂੰ ਤਸੱਲੀ ਦੇਣ ਲਈ ਕਈ ਵਾਰ ਸਵੈ ਜੀਵਨੀ ਜਨਮ ਲੈਂਦੀ ਹੈ। ਰੂਸੋ ਨੇ ਆਪਣੀ ਸਵੈ ਜੀਵਨੀ ਕਨਫੈਸ਼ਨਸ ਦੇ ਵਿੱਚ ਲਿਖਿਆ ਹੈ ਕਿ ਜਦੋਂ ਰੱਬ ਮੈਨੂੰ ਬੁਲਾਵਾ ਆਏਗਾ ਤਾਂ ਮੈਂ ਆਪਣੀ ਸਵੈ ਜੀਵਨੀ ਉਸ ਅੱਗੇ ਰੱਖ ਕੇ ਪੇਸ਼ ਕਰਾਂਗਾ ਤੇ ਕਹਾਂਗਾ ਕਿ ਹੇ ਈਸ਼ਵਰ, ਮੈਂ ਇਸ ਤਰ੍ਹਾਂ ਸੰਸਾਰ 'ਚ ਵਿਚ ਰਿਹਾ, ਮੈਂ ਆਪਣੇ ਆਪ ਤੇ ਆਪਣੇ ਪਾਪ ਤੇ ਪੁੰਨ ਆਪਣੇ ਤੇਰੇ ਸਾਹਮਣੇ ਜਿਹੜੇ ਨੇ ਉਹ ਪੇਸ਼ ਕਰਦਾ ਹਾਂ। ਸਵੈ ਜੀਵਨੀ ਕਿਸੇ ਵਿਅਕਤੀ ਦੇ ਮਨ ਦੀਆਂ ਡੂੰਘਾਈਆਂ ਨੂੰ ਵੀ ਸਾਕਾਰ ਕਰ ਦਿੰਦੀ ਆ। ਮਾਨਸਿਕ ਡੂੰਘਾਈਆਂ ਕਈ ਵਾਰ ਮਨੁੱਖੀ ਸਮਾਜ ਦੀ ਕਹਾਣੀ ਹੀ ਕਹਿ ਦਿੰਦੀਆਂ ਨੇ ਕਿ ਉਹਨਾਂ ਨੂੰ ਕੀ ਸੰਸਾਰ ਨੇ ਦਿੱਤਾ ਸੀ, ਉਹ ਕਿਸ ਤਰ੍ਹਾਂ ਹੰਢਾਏ ਸੀ, ਕੀ ਉਸਦਾ ਪ੍ਰਭਾਵ ਪਿਆ ਸੀ ਸੰਸਾਰ ਦਾ, ਉਹ ਕਿਸ ਤਰ੍ਹਾਂ ਵਿਚਰੇ ਸੀ। ਉਸਦਾ ਸਪਸ਼ਟ, ਸ਼ੁੱਧ ਤੇ ਪਾਰਦਰਸ਼ੀ ਤੇ ਸਾਕਾਰ ਸਰੂਪ ਸਵੈ ਜੀਵਨੀ ਵਿੱਚ ਹੀ ਉਜਾਗਰ ਹੁੰਦਾ ਹੈ। ਸਵੈ ਜੀਵਨੀ ਦਾ ਇੱਕ ਹੋਰ ਉਦੇਸ਼ ਹੁੰਦਾ ਹੈ ਗਿਆਨ ਦੇਣਾ ਵੀ ਹੁੰਦਾ ਹੈ ਕਿ ਵਿਅਕਤੀ ਨੂੰ ਚੰਗਾ ਮੰਗਦਾ ਜੋ ਉਹਨਾਂ ਨੇ ਕਰਨਾ ਹੈਗਾ ਅੱਗੇ, ਉਹ ਲੇਖਕ ਦੀ ਜੀਵਨੀ ਪੜ੍ਹ ਕੇ ਉਹ ਤੋਂ ਸੇਧ ਲੈ ਕੇ ਹੀ ਆਪਣੇ ਅੱਗੇ ਜਿਹੜੀਆਂ ਚੀਜ਼ਾਂ ਉਹਨਾਂ ਨੂੰ ਹੰਢਾ ਸਕਦਾ ਹੈਗਾ। ਕਮਜ਼ੋਰੀਆਂ ਅੱਗੇ ਆਉਂਦੀਆਂ ਗਿਆ ਨੇ, ਕਮਜ਼ੋਰੀਆਂ ਤੇ ਉਣਤਾਈਆਂ ਵੀ ਹੁੰਦੀਆਂ ਨੇ। ਪਹਿਲੀ ਕਮਜ਼ੋਰੀ ਇਹ ਹੁੰਦੀ ਹੈ ਸਵੈ ਜੀਵਨੀ ਦੀ ਕਿ ਲੇਖਕ ਦਾ ਜੀਵਨ ਬਹੁਤਾ ਚਿਰ ਠਹਿਰਦਾ ਨਹੀਂ। ਉਸੇ ਤਰ੍ਹਾਂ ਸਵੈ ਜੀਵਨੀ ਅਸਥਿਰ ਤੇ ਚਲਨ ਧੋਣ ਕਰਕੇ ਲੋੜੀਂਦੇ ਨਿਯਮਾਂ ਤੇ ਵਿਧਾਨਾਂ 'ਚ ਬੰਦੀ ਨਹੀਂ ਜਾ ਸਕਦੀ। ਆਮ ਸਵੈ ਜੀਵਨੀਆਂ ਵਿੱਚ ਇਹ ਹੋ ਸਕਦਾ ਹੈ, ਪਰ ਇੱਕ ਪਰਿਪੱਕ ਸਾਹਿਤਕਾਰੇ ਲਈ ਸਵੈ ਜੀਵਨੀ ਦੀ ਇਸ ਉਣਤਾਈ ਨੂੰ ਸਿੱਝਣਾ ਔਖਾ ਨਹੀਂ ਹੈਗਾ। ਇਸ ਤੋਂ ਇਲਾਵਾ ਇੱਕ ਹੋਰ ਹੈਗੀ ਹੈ ਕਿ ਲੇਖਕ ਜਿਹੜਾ ਹੈਗਾ ਵਾ ਆਪਣੇ ਜੀਵਨ ਨੂੰ ਜਿਵੇਂ ਉਸਨੇ ਜੀਵਿਆ ਹੈ ਉਸਦੀ ਥਾਂ ਇਸ ਤਰ੍ਹਾਂ ਪੇਸ਼ ਕਰ ਜਾਂਦਾ ਹੈ ਕਿ ਜਿਵੇਂ ਉਸ ਜੀਵਨ ਨੂੰ ਜਿਉਣਾ ਚਾਹੁੰਦਾ ਸੀ। ਮਤਲਬ ਉਹ ਇਸ ਤਰੀਕੇ ਦੇ ਨਾਲ ਲਾਈਫ ਨੂੰ ਪ੍ਰੈਜੈਂਟ ਨਹੀਂ ਕਰਦੇ ਕਿ ਉਹਨਾਂ ਨੇ ਜਿਹੜਾ ਜੀਆ ਉਹ ਇਸ ਤਰੀਕੇ ਨਾਲ ਪ੍ਰੈਜੈਂਟ ਕਰਦੇ ਹਨ ਕਿ ਕਿਸ ਤਰ੍ਹਾਂ ਦੀ ਲਾਈਫ ਉਹ ਜੀਣਾ ਚਾਹੁੰਦੇ ਸੀ। ਸੋ ਇਹ ਚੀਜ਼ ਨਹੀਂ ਹੋਣੀ ਚਾਹੀਦੀ। ਪ੍ਰਸਿੱਧ ਵਿਦਵਾਨ ਆਂਦਰੇ ਮੋਰਿਸ ਇਸ ਨੂੰ ਸਵੈ ਜੀਵਨੀਕਾਰ ਦਾ ਮੌਲਿਕ ਭਾਵ, ਓਰਿਜਨਲ ਸਿਨ ਜਿਹੜੇ ਹੈਗੇ ਨੇ ਉਹ ਕਹਿੰਦੇ ਕਿ ਜੋ ਉਹ ਜੀਵੇਗੇ ਨੇ ਉਹਨੂੰ ਪੇਸ਼ ਕਰਨਾ ਚਾਹੀਦਾ, ਇਹ ਨਹੀਂ ਕਿ ਜਿਸ ਤਰ੍ਹਾਂ ਉਹਨਾਂ ਨੇ ਜੀਣਾ ਹੈਗਾ। ਅਗਲੀ ਉਣਤਾਈ ਹੈਗੀ ਹੈ ਕਿ ਸਵੈ ਜੀਵਨੀ ਵਿੱਚ ਲੇਖਕ ਵੱਲੋਂ ਸੁਚੱਜੇ ਪੱਖਾਂ ਨੂੰ ਹੀ ਪੇਸ਼ ਕੀਤਾ ਜਾਂਦਾ ਹੈ, ਕਈ ਵਾਰ ਬੁਰੇ ਪ੍ਰਭਾਵਾਂ ਨੂੰ ਛੂਹਿਆ ਨਹੀਂ ਜਾਂਦਾ। ਮਤਲਬ ਪੋਜ਼ਿਟਿਵ ਪੋਜ਼ਿਟਿਵ ਦਿੰਦੇ ਨੇ, ਜੋ ਡਾਰਕ ਉਹਨਾਂ ਦਾ ਸਾਈਡ ਹੁੰਦਾ ਉਹ ਕਦੀ ਵੀ ਇਸਦੇ ਵਿੱਚ ਨਹੀਂ ਵਿਖਾਉਂਦੇ ਕਿ ਲੋਕੀ ਸਾਡੇ ਬਾਰੇ ਕੀ ਸੋਚਦੇ। ਫਿਰ ਤੁਸੀਂ ਸਵੈ ਜੀਵਨੀ ਨਾ ਲਿਖੋ, ਇਹ ਚੀਜ਼ ਵੀ ਇੱਕ ਗੁਣਿਤ ਨਹੀਂ ਹੁੰਦੀ, ਇੱਕ ਦੋਸ਼ ਦੇ ਵਿੱਚ ਆਉਂਦੀ। ਹੁਣ ਪੰਜਾਬੀ 'ਚ ਜਿਹੜੀਆਂ ਆਉਂਦੀਆਂ ਸਵੈ ਜੀਵਨੀਆਂ ਕਈਆਂ ਨੇ ਲਿਖੀਆਂ ਹੈਗੀਆਂ ਨੇ, ਜਿਵੇਂ ਪ੍ਰਿੰਸੀਪਲ ਤੇਜਾ ਸਿੰਘ ਦੀ ਆਰਸੀ, ਨਾਨਕ ਸਿੰਘ ਦੀ ਮੇਰੀ ਦੁਨੀਆ, ਗੁਰਬਖਸ਼ ਸਿੰਘ ਫਰੀਦਲੜੀ ਦੀ ਮੇਰੀ ਜੀਵਨ ਕਹਾਣੀ, ਬਲਰਾਜ ਸਾਹਨੀ ਦੀ ਮੇਰੀ ਫਿਲਮੀ ਯਾਤਰਾ ਤੇ ਗੈਰ ਜਜ਼ਬਾਤੀ ਡਾਇਰੀ, ਅੰਮ੍ਰਿਤਾ ਪ੍ਰੀਤਮ ਨੇ ਰਸੀਦੀ ਟਿਕਟ, ਮਾਸਟਰ ਤਾਰਾ ਸਿੰਘ ਨੇ ਮੇਰਾ ਆਪਾ, ਸੰਤ ਸੰਤ ਪੂਰਨ ਸਿੰਘ ਨੇ ਜੀਵਨ ਗਾਥਾ, ਅਰਜਨ ਸਿੰਘ ਅੜਗਜ ਨੇ ਮੇਰਾ ਆਪਣਾ ਆਪ, ਗੁਰਬਚਨ ਸਿੰਘ ਸਹਿੰਸਰਾ ਨੇ ਉਹ ਵੀ ਦਿਨ ਸੀ, ਇਸ ਤੋਂ ਇਲਾਵਾ ਨਿਰੰਜਨ ਸਿੰਘ ਨੇ ਜੀਵਨ ਵਿਕਾਸ, ਗਾਰਗੀ ਨੇ ਨੰਗੀ ਧੁੱਪ, ਸੁਹਿੰਦਰ ਸਿੰਘ ਬੇਦੀ ਨੇ ਅੱਧੀ ਮਿੱਟੀ ਅੱਧਾ ਸੋਨਾ, ਮੇਰੇ ਰਾਹਾਂ ਦੇ ਰੰਗ ਤੇ ਗਲੀਆਂ ਚਿੱਕੜ ਦੂਰ ਕਰ, ਮਹਿੰਦਰ ਸਿੰਘ ਜੋਸ਼ੀ ਨੇ ਮੇਰੇ ਪੱਤੇ ਮੇਰੀ ਖੇਡ, ਦਲੀਪ ਕੌਰ ਟਿਵਾਣਾ ਨੇ ਨੰਗੇ ਪੈਰਾਂ ਦਾ ਸਫ਼ਰ, ਤੁਰਦਿਆਂ ਤੁਰਦਿਆਂ ਤੇ ਆਪਣੀ ਆਪਣੀ ਛਾਵੇਂ। ਇਸ ਤੋਂ ਇਲਾਵਾ ਜੀਤ ਕੌਰ ਨੇ ਖਾਨਾਬਦੋਸ਼ ਕੂੜਾ ਕਬਾੜਾ, ਬਚਿੰਦ ਕੌਰ ਨੇ ਪਗਡੰਡੀਆਂ, ਕੈਲਾਸ਼ ਪੁਰੀ ਨੇ ਬਾਹਰ ਜਾਓ ਲਖਬੀਰੀਆਂ, ਪ੍ਰਭਜੋਤ ਕੌਰ ਨੇ ਜੀਣਾ ਵੀ ਇੱਕ ਅਦਾ ਹੈ ਸਵੈ ਜੀਵਨੀ ਲਿਖਿਆ ਸੀ, ਜਸਵੰਤ ਸਿੰਘ ਨੇਕੀ ਨੇ ਆਪਣੀ ਸਵੈ ਜੀਵਨੀ ਕਵਿਤਾ ਦੇ ਵਿੱਚ ਲਿਖੀ ਸੀ। 20ਵੀਂ ਸਦੀ ਦੇ ਅੰਤਲੇ ਦਹਾਕੇ ਤੇ 21ਵੀਂ ਸਦੀ ਦੇ ਪਹਿਲੇ ਦਹਾਕੇ ਵਿੱਚ ਕਈ ਉੱਘੇ ਲੇਖਕਾਂ ਨੇ ਵੀ ਇਸ ਵਿਧਾ ਦੇ ਕਲਮ ਅਜ਼ਮਾਏ, ਜਿਨ੍ਹਾਂ ਵਿੱਚ ਸੰਤ ਸਿੰਘ ਸੇਖੋਂ, ਸੰਤੋਖ ਸਿੰਘ ਧੀਰ, ਹਰਭਜਨ ਸਿੰਘ, ਰਾਮ ਸਰੂਪਨ ਕੀ, ਪ੍ਰੇਮ ਕੌਰ ਕੀ, ਇਸ ਤੋਂ ਇਲਾਵਾ ਖਿਡਾਰੀਆਂ ਤੇ ਰਾਜਨੀਤੀਵਾਨਾਂ ਨੇ ਵੀ ਸਵੈ ਜੀਵਨੀਆਂ ਲਿਖੀਆਂ ਨੇ। ਤੇ ਇੱਕ ਕਹਿੰਦੇ ਸ਼ੁਭ ਸ਼ਗਨ ਹੈਗਾ ਸੀ ਪੰਜਾਬੀ ਦੇ ਜਿਹੜੀ ਸਵੈ ਜੀਵਨੀ ਵਾਲੇ ਪਾਠ ਦੇ ਵਿੱਚ, ਕਿਉਂਕਿ ਇਹ ਸਵੈ ਜੀਵਨੀ ਦਾ ਜਿਹੜਾ ਭਵਿੱਖ ਹੈਗਾ ਇਹ ਇੱਕ ਤਰੀਕੇ ਨਾਲ ਉਜਲ ਬਣਾਉਣ ਦੇ ਵਿੱਚ ਸੀ। ਠੀਕ ਹੈ, ਹਾਂ ਚਲੋ ਇਹ ਹੈਗਾ ਸੀ ਅੱਜ ਦਾ ਟੋਪਿਕ, ਸਵੈ ਜੀਵਨੀ ਪੜ੍ਹੀ, ਬਾਕੀ ਜਿਹੜਾ ਟੋਪਿਕ ਹੋਏਗਾ ਅਸੀਂ ਨੈਕਸਟ ਵਿੱਚ ਕਰਾਂਗੇ। ਸੋ ਵੀਡੀਓ ਜ਼ਰੂਰ ਦੇਖਦੇ ਰਹੋ। ਥੈਂਕ ਯੂ। ਠੀਕ ਹੈ।